हंसते हंसते रहो। सॉरी कुग्गी भाजी, तुसी आ भी गए तो मैं थोड़ा जा मार्केट शॉपिंग करन चली गई सी। तू बत्ती ना मैं पहले ही करके चली गई सी कि आप लेट ना हो जाए। हाय हाय मैं मर जा। हे आ की मेरे तो दुकान आग लग गई। हाय ओ रब्बा कर कृपा कोई शक्ति दिखा। हाय आग बुझा ए रब्बा मेरी। पिछली गली च साडी बस लगी उथे मेरे गले नूं धुआं वज्जा, मेरे गोडे ठर गए। मैं ते अग सेकण आया, किथे लगी ओ अग? बाद च सेकियो, पहला अग बुझाओ। मेरी दुकान नूं अग लगी है। आ दुकान नूं अग ताडी नूं लगी? इधर आओ इधर आओ, फिर तुहानूं नाल जाणा पैणा। मैं किथे जाणा नाल? ओए पानी दा टैंकर होऊगा ते अग बुझावांगे। गल्ला ना मारो, मेरी दुकान दी अग बुझाओ किसे तरीके। बुझाउने आ, इधर नूं आ जाओ। हाय इक काम करो, भज के जा के पानी दा गिलास लियाओ। पानी दे गिलास नाल अग बुझ जाएगी? नहीं, मेरा दिल बड़ा कमजोर आ, काऊ माऊ हुंदा मैनूं ते प्यो। हां ओ अपने काऊ माऊ नूं पा चुल्हे दे विच, पहला मेरी दुकान दी अग बुझा। अच्छा ठीक आ, वैसे जदों ताडा हाथ पड़दा है ना, दिल उदों वी काऊ माऊ। बकवास ना कर मेरे नाल, अग बुझा जड़ा कम करन आया थे। ओए सॉरी, एदा गुस्सा ना करो, हैगा मैं शक्तिमान ही हां, पर कुगे पाजी है मेरे ना अंदरों कदी कदी शक्ति कपूर भी जाग पैंदा। आओ तुम्मा तुम्मा समझो चौंकड़ी मार के ते हुणे कोशिश है मेरी। ओम गलीम खलूम हाय बुझ जा। वे भगती बाद च कर ली, पहला मेरी दुकान दी आग बुझा। हाय हाय, असल च मैनू किसी ने ये किया भाई साहब के भगती च ही शक्ति आ, ते उहना भाई साहब दा नाम है चंचल। ओ चल चल इधर नूं चल, अग बुझा। चल चल नी चंचल। ओ पर्ची कहाँ लई फिरदा? ए खलो जा, पर्चियां तेनू वेख भी गईयां, मैडम ते नहीं लगी? आ लै पढ़ के मैनू दस की लिखिया उत्ते। ਇਹ ਤਾਂ ਕੀ ਕਹਿੰਦੇ ਆ ਉਹ ਸੱਟਾ ਸੁੱਟਾ ਦੀ ਦਵਾਈ ਆ। ਹਾਏ ਬਸ ਇਹੋ ਹੀ ਲੈਣ ਜਾਣੀ ਆ। ਉਹ ਤੂੰ ਕੀ ਕਰਨੀ ਆ ਸੱਟਾ ਦੀ ਦਵਾਈ, ਤੇਰੇ ਕਿਹੜਾ ਕੋਈ ਚੋਟ ਲੱਗੀ ਆ? ਹਾਏ ਦਿਸਦਾ ਮੈਨੂੰ ਹੈ ਨੀ ਨਿਗਾਹ ਤੋਂ, ਡਿੱਗਦੇ ਟੈਂਦੇ ਨੇ ਮੈਂ ਜਾਣਾ, ਸੱਟਾਂ ਤੇ ਲੱਗ ਹੀ ਜਾਣੀਆਂ, ਦਵਾਈ ਇਹੋ ਹੀ ਕੰਮ ਆਉਂਦੀ ਆ। ਵੇ ਬਕਵਾਸ ਨਾ ਕਰ, ਮੇਰੀ ਦੁਕਾਨ ਦੀ ਅੱਗ ਬੁਝਾ ਦੇ ਰੱਬ ਦਾ ਵਾਸਤਾ ਹੀ। ਦੁਕਾਨ ਦੀ ਅੱਗ ਬੁਝਾਉਣੀ ਆ ਤੇ ਪਹਿਲਾਂ ਕਿਉਂ ਨਹੀਂ ਦੱਸਿਆ? ਇੱਧਰ ਆ ਜਾ, ਉਸ ਦੁਕਾਨ ਦੀ ਬੁਝ ਜਾਣੀ ਜੇ ਤੈਨੂੰ ਲੱਗ ਗਈ ਉਹ ਨਹੀਂ ਉਹ ਬੁਝਣੀ। ਖੜ ਜਾ, ਕਰਦਾ ਮੈਂ ਕੁਛ। ਭੱਜ ਕੇ ਸਮਾਨ ਲਿਆ ਕੀ? ਐ ਕਰ ਵੀ ਇੱਕ ਨਾਰੀਅਲ ਲੈ ਆ, ਹੈ ਤੇ ਨਾਲ ਲੈ ਆ ਤੂੰ ਰੋਲੀ ਮੋਲੀ, ਥੋੜਾ ਕਪੂਰ ਮੰਗਾ ਲੈਨੇ ਆ, ਹੈ ਤੇ ਥੋੜੇ ਤਿਲ ਮੰਗਾ ਲੈਨੇ। ਓ ਇਹਦਾ ਕੀ ਕਰਨਾ? ਜੇ ਇਹ ਆ ਗਿਆ ਫਿਰ ਆਪਾਂ ਮਿਲ ਕੇ ਹਵਨ ਕਰਾਂਗੇ। ਡਾਂਸ ਬਾਅਦ ਚ ਕਰਨੀ, ਮੇਰੀ ਦੁਕਾਨ ਨੂੰ ਅੱਗ ਲੱਗੀ ਤੈਨੂੰ ਡਾਂਸ ਕਰਨੀ ਪਈ ਹੈ? ਲੈ ਕਹਿੰਦੀ ਦੁਕਾਨ ਨੂੰ ਅੱਗ ਲੱਗੀ, ਉਹ ਕਿੰਨੇ ਦਿਨ ਹੋ ਗਏ ਆ, ਕਿੰਨੇ ਹਫ਼ਤੇ ਹੋ ਗਏ ਆ, ਸਾਨੂੰ ਇਹ ਜੱਜ ਕਹਿੰਦੇ ਆ ਜਾ ਕੇ ਅੱਗ ਲਾ ਦਿਓ, ਅੱਜ ਜੇ ਲੱਗੀ ਆ ਤਾਂ ਆਪਾਂ ਕਈਆਂ ਦੀ ਬੁਝਾ ਦਿਓ, ਲੱਗੀ ਰਹਿਣ ਦੇ। ਓ ਇਹ ਸਾਗ ਦੀ ਨਹੀਂ, ਉਹ ਸਾਗ ਦੀ ਗੱਲ ਕਰਦੇ ਨੇ। ਅੱਛਾ ਆ ਵੇਖ ਲਓ, ਇਹਨੇ ਅੱਗ 'ਚ ਵੀ ਰੇਸਿਜ਼ਮ ਲੈ ਆਂਦਾ, ਅੱਗ 'ਚ ਵੀ ਭੇਦਭਾਵ। ਮੈਨੂੰ ਇਹ ਦੱਸ ਤੂੰ ਇੱਥੇ ਕਰਨ ਕੀ ਆਇਆ? ਮੈਂ ਇੱਥੇ ਵੈਸੇ ਸੱਚ ਦੱਸਾਂ, ਮੇਰਾ ਪਰੇ ਨੂੰ ਹੋ ਜਾ ਝੁਲਸੀ ਨਾ ਜਾਈ ਮੇਰੇ ਆਂਗੂ। ਹਾਏ ਮੈਂ ਇੱਥੇ ਆਇਆ ਤਮਾਸ਼ਾ ਵੇਖਣ। ਵੇ ਤੈਨੂੰ ਦਵਾਵਾਂ ਮੈਂ ਤਮਾਸ਼ਾ, ਖੜਦਾ ਤੈਨੂੰ ਤਮਾਸ਼ਾ ਦਵਾਵਾਂ ਮੈਂ। ਅਸਲ 'ਚ ਕੰਮ ਜਿਹੜਾ ਆ ਉਹ ਦੋ ਕੁ ਜਣੇ ਹੀ ਕਰਦੇ ਆ, ਬਾਕੀ ਸਾਰੇ ਤਮਾਸ਼ਾ ਹੀ ਵੇਖਦੇ ਆ, ਜਿੱਦਾਂ ਆਹ ਸਾਰੇ ਵੇਖਦੇ ਪਏ ਆ। ਹੁਣ ਧੱਕਾ ਨਾ ਮਾਰੀ ਹੈ ਨਾ ਮਾਰੀ, ਮੈਂ ਉੱਦਾਂ ਹੀ ਤੈਨੂੰ ਦੱਸ ਦਿੰਦਾ। ਕਿਰਪਾ ਕਰ ਮੇਰੇ ਆ ਦੁਕਾਨ ਦੀ ਅੱਗ ਬੁਝਾ। ਬੁਝਾ ਦਿੰਦਾ ਆ। ਪਹਿਲਾਂ ਦੱਸੋ ਤੁਹਾਡੇ ਫੇਸ਼ੀਅਲ ਮਸਾਜ ਦੇ ਪੈਸੇ ਕਿੰਨੇ ਕੁ ਬਣਦੇ ਆ?
ਲੱਗ ਜਾਂਦੇ ਆ 25-26 ਸੌ ਰੁਪਿਆ 25-26 ਸੌ ਤੇ ਜਿਹੜੇ ਵਾਲ ਧਵਾਉਣ ਆਉਂਦੀਆਂ ਆ 15-100 ਰੁਪਿਆ ਉਹਦਾ ਵੀ ਲੈ ਲਈਦਾ ਲੈ ਲਓ ਤੇ ਜਿਹੜਾ ਪੈਡੀਕਿਉਰ ਮੈਨੀਕਿਉਰ 1000 ਰੁਪਿਆ ਉਹਦਾ ਵੀ ਲੈ ਲੈਂਦੀ ਹਾਂ ਤੇਰੇ ਤੇ ਰੇਟਾਂ ਨੂੰ ਅੱਗ ਲੱਗੀ ਦੁਕਾਨ ਨੂੰ ਤਾਂ ਲੱਗਣੀ ਸੀ ਗੱਲਾਂ ਕਰ ਓ ਬਾਬਾ ਗੁਰੂ ਚੱਕੜ ਨਾ ਮਾਰੀ ਜਾ ਮੇਰੀ ਦੁਕਾਨ ਦੀ ਅੱਗ ਬੁਝਾ ਦੁਕਾਨ ਦੀ ਅੱਗ ਫਿਰ ਇੱਕ ਵਾਰੀ ਮੈਂ ਕੋਸ਼ਿਸ਼ ਕਰ ਸਕਦਾ ਦੇਖੋ ਸਿਆਣਾ ਕਹਿੰਦਾ ਬੰਦਾ ਕੋਸ਼ਿਸ਼ ਕਰਦਾ ਰਹੇ ਆਪਣੇ ਚ ਸ਼ਕਤੀਮਾਨ ਲੈ ਕੇ ਸ਼ਕਤੀਮਾਨ ਸ਼ਕਤੀ ਲਿਆਉਣਾ ਖਲੋ ਜਾ ਖਲੋ ਜਾ ਫੌਜਦਾਰ ਸਾਹਿਬ ਹੁਣ ਨੀ ਘੁੰਮਿਆ ਜਾਂਦਾ ਹੁਣ ਤੇ ਭਾਈ ਮੇਰੇ ਕੋ ਇੰਨਾ ਕੀ ਹੋਇਆ ਜਾਂਦਾ ਤੂੰ ਹਿੰਮਤ ਮਾਰ ਇੱਧਰ ਆ ਮੇਰੀ ਖਰੇ ਸ਼ਕਤੀ ਆ ਜੇ ਫਿਰ ਵੇਖੀ ਮੈਂ ਲਿਆਉਂਦਾ ਮੇਰੀਆਂ ਇੱਕ ਕੰਮ ਕਰੇਗੀ ਖੁੰਡੀ ਫੜਾ ਦੇ ਹਾਏ ਤੇ ਇੱਧਰ ਆ ਕੇ ਫੜਾਈ ਲੈ ਹਾਂ ਹੁਣ ਮੈਨੂੰ ਰਸ ਕਰਨਾ ਕੀ ਆ ਉਹ ਸ਼ਕਤੀਮਾਨ ਲਿਆ ਆਪਣੇ ਆਪ ਦੇ ਵਿੱਚ ਉਹ ਜਿਹੜਾ ਤੂੰ ਮੰਤਰ ਬੋਲਦਾ ਹੁੰਦਾ ਸੀ ਨਾ ਆ ਗਿਆ ਮੈਨੂੰ ਚੇਤਾ ਉਹ ਜਿਹੜਾ ਮੈਂ ਚੌਂਕੜੀ ਮਾਰ ਕੇ ਜਿਹਦੀ ਮੈਂ ਗੱਲ ਕਰਦਾ ਹੁੰਦਾ ਸੀ ਇਨਸਾਨ 5 ਤੱਤਵੋਂ ਕਾ ਬਣਾ ਹੈ ਜਲ ਪ੍ਰਿਥਵੀ ਅਗਨੀ ਵਾਯੂ ਆਕਾਸ਼ ਹਾਏ ਤਾੜੀਆਂ ਵਜਾਈਆਂ ਮੈਨੂੰ ਚੇਤਾ ਆਇਆ ਉਹ ਹੀ ਸ਼ਕਤੀਆਂ ਮੇਰੀਆਂ ਭੁੱਲੀਆਂ ਆ ਉਹ ਸ਼ਕਤੀਆਂ ਨਹੀਂ ਰਹੀਆਂ ਹੁਣ ਜਿਹੜੀਆਂ ਗੱਲਾਂ ਆ ਨਾ ਮੇਰੇ ਚ ਕੀ ਹੋ ਗਿਆ ਅੱਗ ਅੱਗ ਤੇ ਰਹੀ ਨੀ ਬਸ ਠੁੱਸ ਜਿਹਾ ਹੀ ਹੋ ਗਿਆ ਕੰਮ ਤੇ ਦੂਜੇ ਨੰਬਰ ਤੇ ਕੀ ਬਣਿਆ ਜੀ ਹਵਾ ਵਾਯੂ ਵਾਯੂ ਜਿਹੜੀ ਆ ਉਹ ਬਸ ਪੇਟ ਚ ਹੀ ਰਹਿੰਦੀ ਆ ਸਾਡੀ ਸੁਰਦੀ ਘੱਟ ਹੀ ਆ ਤੇ ਧਰਤੀ ਤੀਜੇ ਨੰਬਰ ਤੇ ਬਚਿਆ ਪਾਣੀ ਧਰਤੀ ਧਰਤੀ ਲਾ ਲਾ ਤੂੰ ਤੇ ਏਡੀ ਰੇਸਟ ਬਣਾਈ ਆ ਧਰਤੀ ਤੇ ਅਸੀਂ ਪਏ ਰਹੀ ਆ ਬਿਮਾਰ ਹੋ ਕੇ ਚੁੱਕਦਾ ਹੀ ਕੋਈ ਨੀ ਤੇ ਪਾਣੀ ਪਾਣੀ ਮੇਰੇ ਗੋਡਿਆਂ ਚ ਪਿਆ ਆ ਤੇ ਆਕਾਸ਼ ਬਸ ਬਸ ਆਕਾਸ਼ ਵੱਲ ਨੂੰ ਮੂੰਹ ਕਰ ਕਰਕੇ ਅਸੀਂ ਕਹਿੰਦੇ ਆ ਭਾਈ ਬੁਲਾ ਲਾ ਸਾਨੂੰ ਹਾਏ ਤੂੰ ਤਾਂ ਇਮੋਸ਼ਨਲ ਹੋਈ ਜਾਂਦਾ ਤੇਰੇ ਨਾਲੋਂ ਤਾਂ ਚੰਗਾ ਸੀ ਮੈਂ ਕਿਸੇ ਦੁੱਪੜ ਮੈਨ ਨੂੰ ਬੁਲਾ ਲੈਂਦੀ ਹਾਏ ਇਮੋਸ਼ਨਲ ਨਹੀਂ ਮੈਂ ਹੁੰਦਾ ਆਕਾਸ਼ ਸਾਡੇ ਡਾਇਰੈਕਟਰ ਪ੍ਰੋਡਿਊਸਰ ਦਾ ਨਾਮ ਸੀ ਜਦੋਂ ਦਾ ਸ਼ੋਅ ਬੰਦ ਹੋਇਆ ਉਦੋਂ ਦਾ ਬੁਢਾਪਾ ਆ ਗਿਆ ਤੇ ਤੂੰ ਕਿਹਦੇ ਦੁੱਪਰ ਮੈਨ ਨੂੰ ਬੁਲਾਉਣਾ ਹੀ ਨਹੀਂ ਮੈਂ ਤੂੰ ਇਹ ਕੰਮ ਨਹੀਂ ਕਰਦਾ ਕੋਈ ਤਾਂ ਦੁੱਪਰ ਮੈਨ ਨੂੰ ਬੁਲਾ ਕੇ ਅੱਗ ਬੁਝਾਣੀ ਆ ਮਹਿੰਗਾ ਬੜਾ ਪੈਣਾ ਸੀ ਤੁਹਾਨੂੰ ਉਹ ਕਿਵੇਂ ਉਹ ਇਦਾਂ ਭਈ ਇੱਕ ਉਹਦੇ ਫਲੈਟਾਂ ਦੇ ਖਰਚੇ ਦੂਜਾ ਉਹਦੇ ਹੋਟਲਾਂ ਦੇ ਖਰਚੇ ਤੇ ਤੀਜਾ ਕੱਪੜੇ ਨਵੇਂ ਲੈ ਕੇ ਦੇਣੇ ਪੈਣੇ ਸੀ ਉਹ ਕਿਉਂ ਉਹ ਇਸ ਕਰਕੇ ਵੀ ਉਹ ਵੀ ਮੇਰੇ ਵਰਗਾ ਪੁਰਾਣਾ ਬੰਦਾ ਜਿਹੜਾ ਕਛਾ ਪਾਉਂਦਾ ਸੀ ਉਹਦਾ ਲਾਸਟਿਕ ਹੋ ਗਿਆ ਢਿੱਲਾ ਹੁਣ ਸ਼ਰਮ ਦਾ ਮਾਰਾ ਉੱਡਦਾ ਨਹੀਂ ਆ ਤੇ ਜਿਹੜੀ ਪਿੱਛੇ ਚਾਦਰ ਹੁੰਦੀ ਸੀ ਉਹ ਕਿਤੇ ਬੈਠਾ ਬੀੜੀ ਬੂੜੀ ਲਾਉਂਦਾ ਸੀ ਉਹਦੇ ਚ ਵੀ ਐਡਾ ਐਡਾ ਮੋਰੇ ਕਿਉਂ ਗੱਲਾਂ ਮਾਰੀ ਜਾਂਦਾ ਮੇਰੀ ਦੁਕਾਨ ਦੀ ਅੱਗ ਵਧੀ ਜਾਂਦੀ ਆ ਐ ਸਮਝ ਗਿਆ ਮੈਂ ਬਸ ਬੁਝਾਉਣੇ ਆ ਕਰਾਰ ਕੀਤਾ ਤੇਰੇ ਨਾਲ ਸ਼ਕਤੀਮਾਨ ਨੇ ਮੈਨੂੰ ਇਹ ਦੱਸ ਸਮਾਨ ਕਿੰਨਾ ਕੁ ਮਹਿੰਗਾ ਸੀ ਸਮਾਨ ਬਹੁਤ ਮਹਿੰਗਾ ਸੀ ਆ ਨਵੀਂ ਮੈਂ ਮੇਕਅਪ ਦੀ ਕਿੱਟ ਪਾਈ ਸੀ ਹੈ ਹੋਰ ਗੱਲੇ ਚ ਇੰਨੇ ਸਾਰੇ ਪੈਸੇ ਪਏ ਸੀ ਔਰ ਦੁੱਧ ਵੀ ਪਿਆ ਸੀ ਥੋੜਾ ਜਿਹਾ ਦੁੱਧ ਵੀ ਪਿਆ ਸੀ ਫਿਰ ਲਾਗਿਓ ਇੱਧਰ ਨੂੰ ਹੋ ਜਾ ਮੈਂ ਤੈਨੂੰ ਦੱਸਾਂ ਆਪਾਂ ਮਿਲ ਮੁਲ ਕੇ ਬਚਾਉਨੇ ਆ ਬਾਕੀ ਸਮਾਨ ਸੜਦਾ ਘੁੱਗੀ ਭਾਜੀ ਸੜ ਜੇ ਪਰ ਦੁੱਧ ਸਾਨੂੰ ਬਚਾਉਣਾ ਪੈਣਾ ਉਹ ਕਿਉਂ ਸਿਆਣੇ ਕਹਿੰਦੇ ਦੁੱਧ ਉਬਲ ਚ ਤੇ ਨੈਸ਼ੀ ਹੁੰਦਾ ਆ ਮੇਰੇ ਦੁਕਾਨ ਨੂੰ ਅੱਗ ਲੱਗੀ ਹੋਈ ਹੈ ਇਸ ਤੋਂ ਬਾਅਦ ਨੈਸ਼ ਪਣਾ ਕੀ ਹੋਣਾ ਹਾਏ ਮੈਂ ਜਾਣਾ ਆ ਫਿਰ ਆ ਮੇਰੀ ਡਾਂਗ ਫੜੋ ਜਦੋਂ ਮੈਂ ਕਹੂੰਗਾ ਖਿੱਚੋ ਤੇ ਖਿੱਚ ਲੂ ਮੈਂ ਅੱਗ ਚ ਜਾ ਕੇ ਸਮਾਨ ਬਚਾਉਣਾ ਆਪਣੇ ਵੱਲ ਨੂੰ ਅਜੇ ਨਾ ਖਿੱਚੋ ਥੋੜਾ ਟੱਕੋ ਮੈਂ ਵੀ ਤੇ ਅੰਦਰ ਜਾਣਾ ਹਾਂ ਟੱਕੋ ਹਾਂ ਤੇਰੇ ਤੋਂ ਕੁਛ ਹੋਣਾ ਨੀ ਮੈਂ ਜਿਹਨੂੰ ਇੱਕ ਵਾਰੀ ਇਸ਼ਾਰਾ ਕਰਕੇ ਬੁਲਾ ਲਾ ਨਾ ਮਿੰਟਾਂ ਜਾ ਕੇ ਅੱਗ ਬੁਝਾ ਦੇਣੀ ਆ ਬੁਲਾ ਫਿਰ ਛੇਤੀ ਖੋਰਿਆ ਮੈਨੂੰ ਵੀ ਬੁਲਾ ਕੇ ਦਿਖਾਣੀ ਆ ਬੁਲਾ ਕੇ ਦਿਖਾਣੀ ਆ ਆ ਜਾਵੇ ਸਣਿਆ ਜ਼ੋਰਦਾਰ ਤਾੜੀਆਂ ਜੀ ਕਿਆ ਬਾਤ ਹੈ ਸਟੈਂਡਿੰਗ ਓਵੇਸ਼ਨ ਜੱਜ ਸਾਹਿਬਾਨ ਬੈਠੇ ਨੇ ਜੀ ਉਹ ਦੱਸਣਗੇ ਘੁੱਗੀ ਭਾਜੀ
हाँ बिल्कुल जी, शक्तिमान असी भी बड़ा देखते रहे हैं, दूरदर्शन से आता हों और फेवरेट हों सारा उदों हा शक्तिमान तो बड़ा प्राउड भी सूँ आता हों जो गंगाधर बन के आता सी हासा भी आता हों पर अज पहली बार शक्तिमान तो तरस आ रहा है और इमेजिन नहीं सी कीता कि बेचारा साडा शक्तिमान जिहड़ा साडा बचपन का हीरो है अज आया इस हालत दे विच बट एनीवेज मैं खुशी हुई कि तुर फिर लैंदा अजे है ना भावें खूंडी दे सारे सही है बहुत अच्छा और सिमरन यू आर ऑलवेज सुपर्ब एक्सीलेंट एक्सीलेंट फौजदार साहब हाँ जी एक्ट बहुत वधिया सीगा बिल्कुल भाजी ने सही कहा कि भी अपना गंगाधर अज कमजोर पड़ रहा है थोड़ा जहा नहीं मैं गंगाधर ही लग रहा है बहुत शानदार थैंक यू सर थैंक यू जी हेल्प लिए परफॉर्मेंस मीटर कुकी भाजी पहले फौजदार साहब तो ले लेने अज स्वीटेस्ट मेरा थोड़ा जहा नजरिया डिफरेंट सी अज मैं स्वीटर देंगा जी क्या बात है थैंक यू सो मच थैंक यू सो मच थैंक यू सो मच जी शक्तिमान साहब थैंक यू सो मच थैंक यू जी बाय बाय टेक केयर गॉड ब्लेस यू